ਕਰਦਾ ਜੱਟਾ ਸ਼ਰਿਆਂ ਤੂੰ ਤਾਂ ਜੱਟਾ ਸ਼ਰਿਆਂ ਤੂੰ ਤਾਂ ਓ ਜੱਟਾ ਸ਼ਰਿਆਂ ਤੂੰ ਤਾਂ ਧੱਕਾ ਕਰਦਾ ਵੇ ਜੱਟਾ ਸ਼ਰਿਆਂ ਤੂੰ ਤਾਂ ਧੱਕਾ ਕਰਦਾ ਵੇ ਹੋ ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ ਹੋ ਕੱਪੜੇ ਵਾਲੀ ਜੀਪ ਦੇ ਟੱਕਰੇ ਆਉਂਦੀ ਕਾਲੀ ਨਾ ਪੰਜਾਬੀ ਗਾਇਕ ਅਫਸਾਨਾ ਖਾਨ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਹੋਈ ਹੈ। ਅਫਸਾਨਾ ਤੇ ਇਲਜ਼ਾਮ ਲੱਗੇ ਕਿ ਉਸਨੇ ਮੁਕਤਸਰ ਸਾਹਿਬ ਦੇ ਇੱਕ ਪਿੰਡ ਵਿੱਚ ਬਾਦਲ ਦੇ ਸਕੂਲ ਵਿੱਚ ਅਸਭਿਅਕ ਗਾਣੇ ਗਾਏ ਨੇ ਤੇ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਫਸਾਨਾ ਖਾਨ ਦੀ ਕਾਫੀ ਫਜ਼ੀਹਤ ਵੀ ਹੋ ਰਹੀ ਹੈ। ਅਫਸਾਨਾ ਖਾਨ ਨੇ ਬਾਦਲ ਦੇ ਸਕੂਲ ਵਿੱਚ ਪਹੁੰਚ ਕੇ ਨਿੱਕੀਆਂ ਕੁੜੀਆਂ ਦੇ ਸਾਹਮਣੇ ਆਸ਼ਕੀ ਤੇ ਬਦਮਾਸ਼ੀ ਵਾਲੇ ਗਾਣੇ ਗਾਏ ਨੇ। ਇੰਨਾ ਹੀ ਨਹੀਂ ਸਗੋਂ ਉਸਨੇ ਬੱਚਿਆਂ ਤੋਂ ਵੀ ਅਸ਼ਲੀਲ ਗਾਣੇ ਗਵਾਏ। ਇਹ ਮਾਸੂਮ ਬੱਚੇ ਜਿਨ੍ਹਾਂ ਨੂੰ ਹਲੇ ਆਪਣੇ ਭਵਿੱਖ ਦਾ ਵੀ ਨਹੀਂ ਪਤਾ ਤੇ ਇਹਨਾਂ ਤੋਂ ਬਦਮਾਸ਼ੀਆਂ ਵਾਲੇ ਗਾਣੇ ਗਵਾਏ ਜਾ ਰਹੇ ਨੇ ਕਿ ਜੱਟਾ ਤੂੰ ਤਾਂ ਸ਼ਰੇਆਮ ਧੱਕਾ ਕਰਦਾ ਇਹ ਨੇ ਅੱਜ ਕੱਲ ਦੇ ਸਿੰਗਰ ਜਿਨ੍ਹਾਂ ਨੇ ਬੱਚਿਆਂ ਨੂੰ ਆਪਣੇ ਗਾਣਿਆਂ ਵਿੱਚ ਸੂਝਵਾਨ ਗੱਲਾਂ ਤਾਂ ਕੀ ਦੱਸਣੀਆਂ ਸੀ ਸਗੋਂ ਉਹਨਾਂ ਨੂੰ ਆਸ਼ਕੀ ਤੇ ਬਦਮਾਸ਼ੀ ਵਾਲੇ ਰਾਹ ਵੱਲ ਮੋੜ ਰਹੇ ਨੇ। ਸਭ ਤੋਂ ਵੱਡੀ ਗੱਲ ਤੇ ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਇਹ ਅਸ਼ਲੀਲ ਗਾਣੇ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਸਾਹਮਣੇ ਗਾਏ ਗਏ ਨੇ। ਜਦੋਂ ਸਕੂਲ ਦੇ ਅਧਿਆਪਕਾਂ ਦੀ ਪਸੰਦ ਹੀ ਇਹੋ ਜਿਹੀ ਹੈ ਤਾਂ ਅਸੀਂ ਬੱਚਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ। ਮਸਲਾ ਤਾਂ ਕੁਛ ਨਹੀਂ ਸੀ, ਸ਼ਨੀਵਾਰ ਦਾ ਸ਼ਾਮ ਦਾ ਟਾਈਮ ਸੀਗਾ, ਮਤਲਬ ਛੁੱਟੀ ਹੋਣ ਵਾਲੀ ਸੀ, 10 ਮਿੰਟ ਰਹਿੰਦੇ ਸੀ ਅਤੇ ਉਹ ਕੁੜੀ ਆਈ ਹੈ ਅਫਸਾਨਾ ਖਾਨ, ਉਹਨੇ ਦੱਸਿਆ ਆਪਣੇ ਆਪ ਨੂੰ ਅਤੇ ਇੱਥੇ ਉਹ 6ਵੀਂ ਤੋਂ 12ਵੀਂ ਤੱਕ ਦੀ ਵਿਦਿਆਰਥਣ ਸੀ ਅਤੇ ਵਧੀਆ ਉਹ ਸਟਾਫ ਵੀ ਆ ਗਏ 2-4 ਜਣੇ, ਉਹ ਕਹਿੰਦੇ ਵੀ ਸਾਡੀ ਸ਼ਾਈਨਿੰਗ ਸਟੂਡੈਂਟ ਹੈ ਇਹ ਅਤੇ ਉਹ ਖੁਦਾ ਬਖਸ਼ ਦੀ ਭੈਣ ਹੈ, ਉਹਦੀ ਮਦਰ ਵੀ ਨਾਲ ਸੀ, ਉਹਦਾ ਭਰਾ ਵੀ ਨਾਲ ਸੀ, ਉਹਦੀਆਂ ਭੈਣਾਂ ਵੀ ਨਾਲ ਸੀ ਅਤੇ ਉਹ ਇੱਥੇ ਚਾਹ ਪਾਣੀ ਦਫ਼ਤਰ 'ਚ ਅਸੀਂ ਪਾਇਆ ਉਹਨੂੰ ਵੀ ਸਾਡੀ ਸਾਬਕਾ ਸਟੂਡੈਂਟ ਆ ਉਹ ਅਤੇ ਉਸ ਤੋਂ ਬਾਅਦ ਉਹ ਕੁੜੀ ਕਹਿੰਦੀ ਵੀ ਮੈਂ ਬੱਚਿਆਂ ਨੂੰ ਮਿਲਣਾ, ਇੰਨੇ ਛੁੱਟੀ ਦਾ ਟਾਈਮ ਹੋ ਗਿਆ, ਬੱਚੇ ਵੀ ਬਾਹਰ ਆ ਗਏ, ਬੱਚੇ ਵੀ ਉਹਨੂੰ ਦੇਖ ਕੇ ਰੁਕ ਗਏ ਅਤੇ ਮੈਂ ਸਗੋਂ ਸਟਾਫ ਨੂੰ ਛੁੱਟੀ ਹੋਣ ਦੇ ਬਾਵਜੂਦ ਵੀ ਬਿਠਾ ਲਿਆ ਵੀ ਬੱਚੇ ਰੁਕੇ ਆਪਣੇ 'ਤੇ 10 ਮਿੰਟ ਤੁਸੀਂ ਵੀ ਰੁਕ ਜਾਓ ਅਤੇ ਨਾਲ ਉਹਨੂੰ ਇਹ ਵੀ ਗੱਲ ਕਹੀ ਹੈ ਕਿ ਬੱਚਿਆਂ ਦੇ 3 ਤਰੀਕ ਨੂੰ ਪੇਪਰ ਹੈ, ਉਹਨੇ ਬੱਚਿਆਂ ਨੂੰ ਇਹ ਗੱਲ ਕਰੀ ਹੈ ਕਿ ਮੈਂ ਇੱਥੋਂ ਪੜ੍ਹ ਕੇ ਗਈ ਹਾਂ ਅਤੇ ਇੱਥੋਂ ਤੱਕ ਕਾਮਯਾਬ ਹੋਈ ਹਾਂ ਮੈਂ ਅਤੇ ਤੁਸੀਂ ਮਿਹਨਤ ਕਰੋ, ਆਪਦੇ ਪੇਪਰ ਦੀ ਤਿਆਰੀ ਕਰੋ, ਵਧੀਆ ਪੇਪਰ ਦਿਓ ਅਤੇ ਉਹ ਬੱਚਿਆਂ ਨੇ ਉਹਨੂੰ ਕਹਿਤਾ ਵੀ ਤੂੰ ਕੋਈ ਨਵੇਂ ਗਾਣੇ ਆਪਦੇ ਜਿਹੜੇ ਸਾਨੂੰ ਦੱਸ ਦੇ ਅਤੇ ਉਹਨੇ ਕੋਈ 2 ਬੋਲ ਬੱਚਿਆਂ ਨਾਲ ਗਾਣੇ ਦੇ ਸਾਂਝੇ ਕੀਤੇ ਆ। ਅਸੀਂ ਉਹਨੂੰ ਜਦੋਂ ਪਤਾ ਲੱਗਿਆ ਵੀ ਇਹ ਗਾਣਾ ਬੱਚਿਆਂ ਦੇ ਪੱਧਰ ਦਾ ਨਹੀਂ, ਅਸੀਂ ਉਹਨੂੰ ਰੋਕਿਆ ਵੀ ਹੈ ਅਤੇ ਉਹ ਉੱਥੇ ਹੀ ਉਹਨੇ ਬੰਦ ਕਰਤਾ ਅਤੇ ਬੱਚਿਆਂ ਨਾਲ ਗੱਲਬਾਤ ਕਰਕੇ ਉਹਨੇ ਗਈ ਹੈ ਅਤੇ ਉਹ ਪਤਾ ਨਹੀਂ ਹੁਣ ਵੀਡੀਓ 'ਤੇ ਕਿਵੇਂ ਇਹ ਹੋ ਗਿਆ ਵੀ ਚੰਗੀਆਂ ਗੱਲਾਂ ਜਿਹੜੀਆਂ ਉਹਨੇ ਕਰੀਆਂ ਉਹ ਪਾਈਆਂ ਨੇ ਅਤੇ ਚਲੋ ਇਸ ਗੱਲ ਦੀ ਮਤਲਬ ਅਸੀਂ ਮੰਨਦੇ ਹਾਂ ਕਿ ਅਸੀਂ ਇਹ ਗੱਲ ਉਹਨੂੰ ਬੱਚਿਆਂ ਨਾਲ ਇੰਟਰੈਕਟ ਕਰਾਇਆ ਮੋਟੀਵੇਸ਼ਨਲ ਪੁਆਇੰਟ ਆਫ ਵਿਊ ਤੋਂ ਹੈ ਵੀ ਬੱਚੇ ਮਿਹਨਤ ਕਰਨਗੇ ਅਤੇ ਕੁਝ। ਪੁਲਿਸ ਵਿੱਚ ਇਹ ਸ਼ਿਕਾਇਤ ਪੰਡਿਤ ਰਾਓ ਧਨੇਸ਼ਵਰ ਵੱਲੋਂ ਮੁਕਤਸਰ ਦੇ SSP ਨੂੰ ਕੀਤੀ ਗਈ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਬਿਊਰੋ ਰਿਪੋਰਟ, ਪੰਜਾਬੀ TV।